ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਲੋਕਡਾਊਨ ਸਰਕਾਰ ਵੱਲੋਂ ਲਗਾਇਆ ਗਿਆ ਹੈ ਉਹ ਮੌੜ ਮੰਡੀ ਵੀ ਪੀਸਫੁਲੀ ਅਤੇ ਵਧੀਆ ਤਰੀਕੇ ਨਾਲ ਨਾਗਰਿਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਪਰ ਕੁਛ ਕੁ ਜਿਹੜੇ ਸ਼ਰਾਰਤੀ ਅਨਸਰ ਹੈਗੇ ਨੇ ਉਹਨਾਂ ਵੱਲੋਂ ਅਫਵਾਹ ਉਡਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਕਿ ਕਈ ਵਾਰ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਇੱਥੇ ਕੇਸ ਪੋਜ਼ਿਟਿਵ ਆ ਗਿਆ ਜਾਂ ਇੱਥੇ ਕਰੋਨਾ ਵਾਇਰਸ ਮੌੜ ਮੰਡੀ ਦੇ ਵਿੱਚ ਆ ਗਿਆ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਫਿਲਹਾਲ ਕੋਈ ਕੇਸ ਪੋਜ਼ਿਟਿਵ ਹਾਲੇ ਤੱਕ ਕਨਫਰਮ ਨਹੀਂ ਹੋਇਆ। ਜੋ ਫਰੀਦਕੋਟ ਦੇ ਵਿੱਚ ਕੇਸ ਪੋਜ਼ਿਟਿਵ ਮਿਲਿਆ ਸੀਗਾ ਉਹਦੀ ਇੱਕ ਲਿਸਟ ਆਈਸੋਲੇਸ਼ਨ ਦੀ ਸਟੇਟ ਬੈਂਕ ਆਫ ਇੰਡੀਆ ਨੇ ਜਾਰੀ ਕੀਤੀ ਸੀ ਆਪਣੇ ਵੱਲੋਂ, ਜਿਹਦੇ ਵਿੱਚ ਜੋ ਗੌਰਵ ਨਾਮ ਦਾ ਲੜਕਾ ਹੈ ਮੌੜ ਮੰਡੀ ਦਾ ਉਹਦੀ ਵੀ ਹੈਲਥ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇ ਇਹੋ ਜਿਹੀ ਕੋਈ ਗੱਲ ਹੋਵੇਗੀ ਤਾਂ ਉਹ ਜਿਹੜੇ ਅਥੈਂਟਿਕ ਸੋਰਸਿਸ ਹੈਗੇ ਨੇ ਉਹਨਾਂ ਤੋਂ ਹੀ ਦੱਸਿਆ ਜਾਵੇਗਾ, ਅਫਵਾਹਾਂ ਫੈਲਾਉਣ ਵਾਲਿਆਂ ਤੋਂ ਅਤੇ ਇਹੋ ਜਿਹੀਆਂ ਸ਼ਰਾਰਤਾਂ ਕਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ। ਮੈਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਭਰੋਸਾ ਦਿਵਾਉਣਾ ਵੀ ਜੇ ਕੋਈ ਇਹੋ ਜਿਹੀ ਅਫਵਾਹ ਉਠਾਉਣ ਵਾਲਾ ਬੰਦਾ ਉਹਨੂੰ ਤੁਸੀਂ ਰਿਪੋਰਟ ਕਰਦੇ ਹੋ ਤਾਂ ਅਸੀਂ ਉਹਦੇ ਖਿਲਾਫ਼ ਲੀਗਲ ਐਕਸ਼ਨ ਵੀ ਲਵਾਂਗੇ। ਇਸ ਤੋਂ ਇਲਾਵਾ ਜੋ ਕੋਈ ਵੀ ਇੱਦਾਂ ਦੀ ਜਾਣਕਾਰੀ ਹੈ ਉਹ ਪੁਲਿਸ ਨਾਲ ਸਾਂਝੀ ਕਰੋ। ਜੇ ਤੁਹਾਨੂੰ ਕੋਈ ਲੱਗਦਾ ਕਿ ਕੋਈ ਵਿਅਕਤੀ ਬਾਹਰੋਂ ਆਇਆ ਤਾਂ ਉਹ ਪੁਲਿਸ ਨਾਲ ਸਾਂਝੀ ਕਰੋ, ਅਤੇ ਝੂਠੀ ਜਾਣਕਾਰੀ ਅਤੇ ਗਲਤ ਜਾਣਕਾਰੀ ਜਿਹੜੀ ਮਿਸਲੀਡ ਕਰਦੀ ਆ ਉਹ ਸਾਂਝੀ ਕਰਨ ਤੋਂ ਬਚੋ। ਕਈ ਵਾਰ ਫੋਨ ਆਉਂਦੇ ਕਿ ਜੀ ਇਹ ਬੰਦਾ ਫਲਾਣੀ ਜਮਾਤ ਤੋਂ ਆਇਆ, ਇਹਦੀ ਜਾਂਚ ਕੀਤੀ ਜਾਵੇ। ਹਾਲੇ ਤੱਕ ਇਹੋ ਜਿਹਾ ਕੋਈ ਕੇਸ ਆਪਣੇ ਮੌੜ ਮੰਡੀ ਦੇ ਵਿੱਚ ਸਾਹਮਣੇ ਨਹੀਂ ਆਇਆ ਜੋ ਕਿਸੇ ਜਮਾਤ ਹੋ ਕੇ ਆਇਆ ਹੋਵੇ ਜਾਂ ਕੁਛ ਇੱਦਾਂ ਦਾ ਹੋਵੇ। ਜੇ ਕੋਈ ਆਇਆ ਹੈ ਤਾਂ ਉਹਦੀ ਸੱਚੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਅਤੇ ਹੈਲਥ ਡਿਪਾਰਟਮੈਂਟ ਨਾਲ ਸਾਂਝੀ ਕੀਤੀ ਜਾਵੇ, ਉਹਦੀ ਜਾਂਚ ਕਰਵਾਈ ਜਾਵੇ। ਧੰਨਵਾਦ।